फैडरल कर्मचारियों की जी हड़ताल है वो मैं तुम्हें काफ़ी डिटेल जानकारी दे दी है। तो असी कुछ कर्मचारी जोड़े इस वे पिकट लाइन के उत्ते ने उन्होंने भी गलबात करने की कोशिश कर रहे हैं। कुछ पासपोर्ट ऑफिस के प्रॉब्लम आ रही है, बहुत सारे डिपार्टमेंट्स ने जिथे काफ़ी इफेक्ट पेगा इस हड़ताल का वो भी जानकारी देने। लेकिन फिलहाल मेरे नाल वार्ड नंबर 9 और 10 तो साढ़े यंग रीजनल कौंसलर गुरप्रताप सिंह तूर होरी लाइन पर ने। एक दो बड़े अहम विषय से अभी गलबात करनी है तो उदाहरण करते हैं स्वागत। गुरप्रताप स्वागत करते हैं, सत श्रीकाल। ਸਤਿਕਾਲ ਸੈਨੀ ਸਾਹਿਬ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਤੁਸੀਂ ਮੈਂ ਸੁਨੇਹਾ ਭੇਜਿਆ ਪ੍ਰਵਾਸੀ ਮੀਡੀਆ ਗਰੁੱਪ ਆ ਜੀ ਸਾਡੀ ਟੀਮ ਸੈਲੀਬ੍ਰੇਟ ਕਰ ਰਹੇ ਆ ਆਪਣੇ 21 ਸਾਲ ਦੀ ਜਰਨੀ। ਔਰ ਮੈਨੂੰ ਯਾਦ ਹੈ ਤੁਸੀਂ ਜਦੋਂ ਆਏ ਸੀ 20 ਸਾਲ ਦੀ ਜਰਨੀ ਦੇ ਮੌਕੇ ਤੇ, ਤੇ ਥੈਂਕ ਯੂ ਸੋ ਮੱਚ। ਔਰ ਤੁਸੀਂ ਉਸ ਤੋਂ ਬਾਅਦ ਇਲੈਕਸ਼ਨ ਜਿੱਤ ਕੇ ਹੁਣ ਸਿਟੀ ਹਾਲ ਪਹੁੰਚੇ ਹੋ, ਰਿਪ੍ਰੈਜ਼ੈਂਟ ਕਰ ਰਹੇ ਹੋ ਵਾਰਡ 9 ਔਰ 10 ਨੂੰ। ਬਿਲਕੁਲ ਜੀ ਸੈਨੀ ਸਾਹਿਬ, ਥੈਂਕ ਯੂ। ਤਾਂ ਆਪਾਂ ਤੁਹਾਡਾ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਡੈਡੀਕੇਟਡ, ਤੁਹਾਡੀ ਸਾਰੀ ਟੀਮ, ਤੁਹਾਡਾ ਸਾਰਾ ਐਕਚੁਅਲੀ ਪਰਿਵਾਰ ਜਿਹੜਾ ਤੁਹਾਡੇ ਨਾਲ ਬਿਜ਼ਨਸ ਵਿੱਚ ਹੈਗਾ ਆ, ਤੁਸੀਂ 21 ਸਾਲਾਂ ਤੋਂ ਸਾਡੀ ਕਮਿਊਨਿਟੀ ਨੂੰ ਸਰਵ ਕਰ ਰਹੇ ਹੈਗੇ ਹੋ। ਖ਼ਬਰਾਂ ਤੁਸੀਂ ਕੈਨੇਡਾ ਦੀਆਂ, ਸਾਡੇ ਲੋਕਲ ਮਿਊਨਿਸਪੈਲਿਟੀ ਦੀਆਂ ਤੇ ਦੁਨੀਆ ਭਰ ਦੀਆਂ ਖ਼ਬਰਾਂ ਤੁਸੀਂ ਸਾਨੂੰ ਪਹੁੰਚਾਉਂਦੇ ਰਹਿੰਦੇ ਹੋ। ਤੁਹਾਡੇ ਮੈਸੇਜਸ ਸਾਨੂੰ ਵਟਸਐਪ ਦੇ ਉੱਤੇ ਵੀ ਨਿਊਜ਼ ਆਉਂਦੀ ਆ, ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਤੁਹਾਡੇ ਚੈਨਲਸ ਰਾਹੀਂ ਹਮੇਸ਼ਾ ਆਪਾਂ ਨਿਊਜ਼ ਦੇ ਨਾਲ ਅਪ ਟੂ ਡੇਟ ਰਹਿੰਦੇ ਹੈਗੇ ਆ। 21 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ, ਤੁਸੀਂ ਇੰਨੀ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੇ ਹੋ। ਜੋ ਤੁਹਾਡੇ ਬੱਚਿਆਂ ਵੱਲ ਦੇਖਦੇ ਆ ਉਹ ਵੀ ਹੁਣ ਤੁਹਾਡੇ ਨਾਲ ਬਿਜ਼ਨਸ ਦੇ ਵਿੱਚ ਇਨਵੋਲਵਡ ਹੈਗੇ ਆ ਤੇ ਤੁਹਾਡੀ ਲੈਗੇਸੀ ਨੂੰ ਅੱਗੇ ਲੈ ਕੇ ਜਾਣਗੇ। ਤੇ ਇਸੇ ਮੌਕੇ ਦੇ ਉੱਤੇ ਤੁਹਾਨੂੰ ਸੈਣੀ ਸਾਹਿਬ ਤੇ ਸਾਰੀ ਪ੍ਰਵਾਸੀ ਮੀਡੀਆ ਟੀਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਥੈਂਕ ਯੂ ਸੋ ਮੱਚ। ਔਰ ਕੱਲ੍ਹ ਇੱਕ ਹੋਰ ਨਵਾਂ ਇਤਿਹਾਸ ਰਚਿਆ ਗਿਆ ਸਿਟੀ ਹਾਲ ਦੇ ਵਿੱਚ, ਔਰ ਉਸ ਇਤਿਹਾਸ ਦੇ ਵਿੱਚ ਮੈਂ ਵੀ ਇੱਕ ਗਵਾਹ ਸੀ, ਸਾਡੀ ਟੀਮ ਵੀ ਇੱਕ ਗਵਾਹ ਬਣੀ ਜਦੋਂ ਗੁਰਬਖਸ਼ ਸਿੰਘ ਮੱਲੀ ਹੋਰਾਂ ਨੂੰ ਕੱਲ੍ਹ ਫੈਸਿਲੀਟੇਟ ਕੀਤਾ ਗਿਆ, ਆਨਰ ਕੀਤਾ ਗਿਆ। ਕੀ ਪੇਸ਼ ਕੀਤੀ ਮੇਅਰ ਬਰਾਊਨ ਨੇ, ਜਿਹੜਾ ਇੱਕ ਬੜਾ ਰੇਅਰੈਸਟ ਆਫ ਦਾ ਰੇਅਰਸਟ ਕਹਿੰਦੇ ਨੇ ਜੀ ਸਨਮਾਨ ਹੁੰਦਾ। ਔਰ ਸਿੱਖ ਹੈਰੀਟੇਜ ਮੰਥ ਹੈ ਇਸ ਜਿਹੜਾ ਅਪ੍ਰੈਲ ਦਾ ਆਪਾਂ ਮਨਾ ਰਹੇ ਹਾਂ ਬੜੇ ਸਾਲਾਂ ਤੋਂ, ਪਹਿਲਾਂ ਅੰਟਾਰੀਓ ਸ਼ੁਰੂ ਹੋਇਆ, ਹੁਣ ਪੂਰੇ ਕੈਨੇਡਾ ਭਰ ਦੇ ਵਿੱਚ ਹੈ। ਔਰ ਇਸ ਮੌਕੇ ਦੇ ਉੱਤੇ ਗੁਰਬਖਸ਼ ਸਿੰਘ ਮੱਲੀ ਜਿਹੜੇ ਕਿ 6 ਵਾਰ ਦੇ ਮੈਂਬਰ ਪਾਰਲੀਮੈਂਟ ਤੋਂ, ਮੱਲੀ ਸਾਹਿਬ ਬਾਰੇ ਬੜੇ ਲੋਕ ਬੜੇ ਵੱਖੋ ਵੱਖਰੇ ਵਿਚਾਰ ਰੱਖਦੇ ਆ, ਲੇਕਿਨ ਇੱਕ ਗੱਲ ਸਾਰੇ ਲੋਕ ਮੰਨਦੇ ਆ ਕਿ ਉਸ ਵੇਲੇ ਇੱਕ ਟਰਬੰਡ ਸਿੱਖ ਹੋ ਕੇ ਪਹੁੰਚਣਾ ਪਾਰਲੀਮੈਂਟ ਦੇ ਵਿੱਚ ਕੋਈ ਸੌਖੀ ਗੱਲ ਨਹੀਂ ਸੀ, ਔਰ ਉੱਥੇ ਜਾ ਕੇ ਫਿਰ ਬੋਲਣਾ ਉਸ ਉਹਨਾਂ ਲੋਕਾਂ ਅੱਗੇ, ਦਿੱਗਜ ਲੋਕਾਂ ਅੱਗੇ, ਔਰ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਨਾ, ਇਹ ਆਪਣੇ ਆਪ 'ਚ ਵਾਕਈ ਹੀ ਇੱਕ ਬੜੇ ਮਾਣ ਵਾਲੀ ਗੱਲ ਸੀ। ਔਰ ਮੱਲੀ ਸਾਹਿਬ ਨੇ ਫਿਰ ਬਹੁਤ ਸਾਰੇ ਲੋਕਾਂ ਵਾਸਤੇ ਰਸਤਾ ਵੀ ਖੋਲ੍ਹਿਆ। ਕਈ ਜਿਹੜੀਆਂ ਯੰਗ ਜਨਰੇਸ਼ਨ ਦੇ ਲੋਕ ਸੀ ਜਿਨ੍ਹਾਂ ਵਿੱਚ ਗੁਰਪ੍ਰਤਾਪ ਤੂਰ ਵੀ ਨੇ, ਹਰਕੀਰਤ ਨੇ, ਸਾਡੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ, ਸਾਡੇ ਪ੍ਰੋਵਿੰਸ਼ੀਅਲ ਮੈਂਬਰ ਪਾਰਲੀਮੈਂਟ ਜਿਹੜੇ ਨੇ, ਇੱਕ ਨਵਾਂ ਫਿਰ ਇੱਕ ਕਹਿੰਦੇ ਨੇ ਜੀ ਇੱਕ ਦੌਰ ਆਇਆ, ਇਹ ਲੋਕ ਵੀ ਪੋਲੀਟਿਕਸ 'ਚ ਅੱਗੇ ਆਉਣ ਲੱਗੇ ਅਤੇ ਆਉਣ ਵਾਲੀਆਂ ਜਨਰੇਸ਼ਨ ਨੂੰ ਵੀ ਉਹ ਲੰਬੇ ਸਮੇਂ ਤੱਕ ਅਜੇ ਇੰਸਪਾਇਰ ਕਰਦੇ ਰਹਿਣਗੇ। ਤੋ ਬੜਾ ਪ੍ਰਭਾਵਸ਼ਾਲੀ ਸਮਾਗਮ ਸੀ, ਤੋ ਤੁਹਾਨੂੰ ਵਧਾਈ। ਤੁਸੀਂ ਹਰਕੀਰਤ ਹੋਰਾਂ ਨੇ, ਨਵਜੀਤ ਹੋਰਾਂ ਨੇ, ਸਭ ਨੇ ਇਹ ਇਨੀਸ਼ੀਏਟਿਵ ਲਿਆ। ਹਾਂਜੀ ਬਿਲਕੁਲ ਜੀ, ਅਤੇ ਸੈਣੀ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਮੱਲੀ ਸਾਹਿਬ ਦੀ ਜਿਹੜੀ ਲੈਗੇਸੀ ਹੈਗੀ ਆ, ਜਿਹੜੀ ਉਹਨਾਂ ਦੀ ਸਿੱਖੀ ਦੀ ਜਿਹੜੀ ਝਲਕ ਆ, ਉਹ ਸਿਰਫ ਉਹਨਾਂ ਦੀ ਦਿੱਖ ਤੋਂ ਨੀ, ਉਹਨਾਂ ਦੀ ਪਹਿਚਾਣ ਤੋਂ ਨੀ, ਉਹਨਾਂ ਦੇ ਕੰਮਾਂ ਦੇ ਵਿੱਚ ਵੀ ਦਿਖਦੀ ਸੀਗੀ। ਕਿਉਂਕਿ ਉਹ ਕੱਲਾ ਸਿੱਖ ਕਮਿਊਨਿਟੀ ਨੂੰ ਨੀ ਰੈਪ੍ਰਜੈਂਟ ਕਰਦੇ ਸੀ, ਉਹ ਪੂਰੀ ਆਪਣੀ ਰਾਈਡਿੰਗ ਨੂੰ ਰੈਪ੍ਰਜੈਂਟ ਕਰਦੇ ਸੀਗੇ, ਪੂਰੇ ਜਿੰਨੇ ਵੀ ਡਾਇਵਰਸ ਕਮਿਊਨਿਟੀਜ਼ ਹੈਗੀਆਂ ਉਹਨਾਂ ਨੂੰ ਰੈਪ੍ਰਜੈਂਟ ਕਰਦੇ ਸੀਗੇ ਪੂਰੀ ਕੈਨੇਡਾ ਵਾਈਡ। ਉਹਨਾਂ ਦੇ ਕਈ ਕੰਮਾਂ ਦੇ ਆਪਾਂ ਹਾਈਲਾਈਟ ਵੀ ਕੱਲ ਦਿਖਾਏ ਸੀਗੇ, ਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਸੋਹਣਾ ਜਿਹੜਾ ਹਾਈਲਾਈਟ ਇਹ ਸੀਗਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਕਾਉਂਸਲ, ਕੈਨੇਡੀਅਨ ਕਾਉਂਸਲ ਦਾ ਆਫਿਸ ਹੈਗਾ ਆ, ਉਹ ਮੱਲੀ ਸਾਹਿਬ ਨੇ ਉਸ ਸਮੇਂ ਦੇ ਵਿੱਚ ਉੱਥੇ ਖਲਵਾਇਆ ਸੀਗਾ, ਜਿਹਦੀ ਸੇਵਾਵਾਂ ਰਾਹੀਂ ਇੱਥੇ ਆਪਾਂ ਕਾਫੀ ਇਮੀਗ੍ਰੈਂਟਸ ਜਿਹੜੇ ਉਸ ਸਮਿਆਂ ਦੇ ਵਿੱਚ ਇੱਥੇ ਪਹੁੰਚੇ ਅੱਜ ਤੱਕ ਵੀ ਆ ਰਹੇ ਹੈਗੇ ਆ। ਸੋ ਉਹਨਾਂ ਨੇ ਕਮਿਊਨਿਟੀ ਲਈ ਦੇ ਲਈ ਵੀ ਦਰਵਾਜ਼ੇ ਖੋਲ੍ਹੇ, ਚਾਹੇ ਉਹ ਕੈਨੇਡਾ ਦੇ ਆਉਣ ਦਾ ਰਾਹ ਬਣਾਇਆ, ਤੇ ਸਾਡੇ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੇ ਸਾਡੀ ਕਮਿਊਨਿਟੀ ਦੇ ਵਿੱਚ ਇੱਦਾਂ ਪਹਿਲ ਕੀਤੀ, ਤੇ ਅੱਜ ਆਪਾਂ ਦੇਖਦੇ ਹਾਂ ਕੋਸਟ ਟੂ ਕੋਸਟ ਹਰ ਇੱਕ ਲੈਵਲ ਆਫ ਗਵਰਨਮੈਂਟ ਉਹਦੇ ਵਿੱਚ ਸਾਡੀ ਰੈਪ੍ਰਜੈਂਟੇਸ਼ਨ ਵੱਧਦੀ ਜਾ ਰਹੀ ਹੈਗੀ ਆ। ਸੋ ਇਹ ਜਦੋਂ ਇਹ ਕੰਮ ਸਟਾਰਟ ਕਰਨਾ ਹੁੰਦਾ ਆ ਬਹੁਤ ਮੁਸ਼ਕਿਲ ਹੁੰਦਾ, ਉਹਨਾਂ ਨੇ 1993 ਦੇ ਵਿੱਚ ਕੀਤਾ ਸੀਗਾ, ਮੇਰਾ ਉਸ ਸਾਲ ਦਾ ਜਨਮ ਹੈਗਾ ਆ। ਸੋ ਇਮੈਜਿਨ ਇੰਨੇ ਟਾਈਮ ਪਹਿਲਾਂ ਦੀ ਗੱਲ ਆ ਜਦੋਂ ਪਹਿਲੀ ਵਾਰ ਉਦੋਂ ਇਲੈਕਟਡ ਹੋਏ ਸੀਗੇ, ਤੇ ਅੱਜ ਤੱਕ ਦੇਖੋ ਉਹਨਾਂ ਦੇ ਕਰਕੇ ਕਿੰਨੇ ਚੇਂਜਸ ਇੱਥੇ ਆਏ ਆ। ਤੇ ਇਸ ਮੌਕੇ ਤੇ ਆਪਾਂ ਉਹਨਾਂ ਨੂੰ
ਕੀ ਟੂ ਦ ਸਿਟੀ ਪ੍ਰੈਜ਼ੈਂਟ ਕੀਤੀ ਜਿਹੜਾ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਸਿਵਿਲੀਅਨ ਆਨਰ ਹੈਗਾ ਆ ਉਹ ਉਹਨਾਂ ਨੂੰ ਪੇਸ਼ ਕੀਤਾ ਥੈਂਕ ਯੂ ਗੁਰਪ੍ਰਤਾਪ ਔਰ ਮੈਨੂੰ ਸ਼ਾਇਦ ਕੱਲ ਮਿਸ ਹੋ ਗਿਆ ਕਿਤੇ ਉਹਨਾਂ ਦੀ ਹੋਰ ਬੜੀ ਵੱਡੀ ਅਕੰਪਲਿਸ਼ਮੈਂਟ ਦੇ ਵਿੱਚ ਕਰ ਗਿਣਿਆ ਜਾਵੇ 1999 ਦੇ ਵਿੱਚ ਜਦੋਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ ਡਾਕ ਟਿਕਟ ਜਾਰੀ ਹੋਈ ਖੰਡੇ ਵਾਲੀ ਉਸ ਵੇਲੇ ਹਾਲਾਂਕਿ ਮੈਂ ਉਦੋਂ ਕੈਨੇਡਾ 'ਚ ਨਹੀਂ ਸੀ ਔਰ ਮੈਂ 2000 'ਚ ਆਇਆ ਔਰ 2002 'ਚ ਅਖਬਾਰ ਸ਼ੁਰੂ ਕੀਤੀ ਹੈ ਉਸ ਵੇਲੇ ਵੀ ਉਹਨਾਂ ਦੀਆਂ ਪ੍ਰਾਪਤੀਆਂ ਪਾਰਲੀਮੈਂਟ ਹਿੱਲ ਦੇ ਉੱਤੇ ਵਿਸਾਖੀ ਮਨਾਉਣ ਦਾ ਕੰਮ ਸ਼ੁਰੂ ਕਰਨਾ ਅਗਰ ਅਸੀਂ ਗਿਣਾਂਗੇ ਮੱਲੀ ਸਾਹਿਬ ਦੇ ਕੰਮ ਡੈਫੀਨੇਟਲੀ ਲੰਮਾ ਸਮਾਂ ਲੱਗ ਜਾਏਗਾ ਪਰ ਐਨੀਵੇ ਉਹ ਡਿਜ਼ਰਵ ਕਰਦੇ ਆ ਇਸ ਸਨਮਾਨ ਨੂੰ ਔਰ ਉਹਨਾਂ ਨੂੰ ਮੇਅਰ ਬਰਾਊਨ ਦੇ ਨਾਲ ਨਾਲ ਆਪਣੇ ਸਾਰੇ ਜਿਹੜੇ ਸਾਡੇ ਯੰਗ ਕਾਉਂਸਲਰ ਨੇ ਇਹਨਾਂ ਨੇ ਵੀ ਸਨਮਾਨਿਤ ਕੀਤਾ ਔਰ ਫੈਡਰਲ ਔਰ ਪ੍ਰੋਵਿੰਸ਼ੀਅਲ ਲੈਵਲ ਤੋਂ ਵੀ ਲੋਕ ਆਏ ਹੋਏ ਸੀ ਕਮਿਊਨਿਟੀ ਦੇ ਬੋਲੋ ਲੋਕ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸੀ ਤੋ ਸਭ ਨੂੰ ਇਹਦੀਆਂ ਮੁਬਾਰਕਾਂ ਗੁਰਪ੍ਰਤਾਪ ਵਾਪਸ ਆਉਂਦੇ ਹਾਂ ਇੱਕ ਬੜੀ ਅੱਛੀ ਇਨਫੋਰਮੇਸ਼ਨ ਹੁਣੇ ਹੁਣੇ ਸਾਨੂੰ ਆਈ ਹੈ ਸਿਟੀ ਵੱਲੋਂ ਮੈਂ ਚਾਹਿਆ ਕਿ ਤੁਹਾਡੇ ਨਾਲ ਵੀ ਥੋੜ੍ਹੀ ਡਿਸਕਸ ਕਰੀਏ ਕਿ ਜਿਹੜੇ ਲੋਕ ਲਿਮੋਜ਼ਿਨ ਡਰਾਈਵਰ ਨੇ ਟੋ ਟਰੱਕ ਡਰਾਈਵਰ ਨੇ ਟੈਕਸੀ ਡਰਾਈਵਰ ਨੇ ਡਰਾਈਵਿੰਗ ਸਕੂਲ ਜਿਹੜੇ ਚਲਾ ਰਹੇ ਨੇ ਹੋਰ ਵੀ ਜਿਹੜੇ ਰਿਫਰੈਸ਼ਮੈਂਟ ਦੇ ਵਹੀਕਲ ਚਲਾ ਰਹੇ ਨੇ ਮਤਲਬ ਮੋਬਾਈਲ ਜਿਹਨਾਂ ਦਾ ਬਿਜ਼ਨਸ ਹੈ ਉਹਨਾਂ ਦੇ ਹੁਣ ਲਾਇਸੈਂਸ ਜਿਹੜੇ ਆ ਉਹ ਆਨਲਾਈਨ ਹੀ ਰਿਨਿਊ ਹੋ ਜਾਇਆ ਕਰਨਗੇ ਹਾਂਜੀ ਬਿਲਕੁਲ ਜੀ ਦੇਖੋ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਿਟੀ ਦੇ ਵਿੱਚ ਜਿਹੜੀਆਂ ਵੀ ਆਪਾਂ ਸੇਵਾਵਾਂ ਹੈਗੀਆਂ ਆ ਉਹਨਾਂ ਨੂੰ ਆਪਾਂ ਕੋਂਸਟੈਂਟਲੀ ਇੰਪਰੂਵ ਕਰਦੇ ਰਹੀਏ ਜਿੱਦਾਂ ਸਾਡਾ ਟਾਈਮ ਬਦਲੀ ਜਾ ਰਿਹਾ ਹੈਗਾ ਸਾਡਾ ਸਮਾਨ ਬਦਲੀ ਜਾ ਰਿਹਾ ਹੈਗਾ ਸਾਰਾ ਕੁਛ ਡਿਜੀਟਾਈਜ਼ ਹੋ ਰਿਹਾ ਸਾਡੀ ਗਵਰਨਮੈਂਟ ਡਿਜੀਟਾਈਜ਼ ਹੋ ਰਹੀ ਆ ਉਹਦੇ ਵਿੱਚ ਇਹ ਵੀ ਬਹੁਤ ਵਧੀਆ ਸਟੈਪ ਹੈਗਾ ਆ ਬਿਲਕੁਲ ਠੀਕ ਹੈ ਜੀ ਤਾਂ ਤੁਸੀਂ ਸਿਟੀ ਦੀ ਵੈਬਸਾਈਟ ਤੇ ਜਾ ਕੇ brampton.ca ਔਰ ਈ ਫਾਰਮ ਹੈ ਉਹ ਕਲਿੱਕ ਕਰੋਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲ ਜਾਏਗੀ ਸੋ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਵਾਂ ਕਿ ਜਿਹੜੇ ਵੀ ਲੋਕ ਲਿਮੋਜ਼ਿਨ ਟੋ ਟਰੱਕ ਡਰਾਈਵਿੰਗ ਸਕੂਲ ਟੈਕਸੀ ਰਿਫਰੈਸ਼ਮੈਂਟ ਵਹੀਕਲ ਇਸ ਤਰ੍ਹਾਂ ਦੇ ਕੋਈ ਵੀ ਤੁਸੀਂ ਮੋਬਾਈਲ ਬਿਜ਼ਨਸ ਜਿਹੜਾ ਕਰਦੇ ਹੋ ਹੁਣ ਤੁਹਾਨੂੰ ਸਿਟੀ ਹਾਲ ਜਾ ਕੇ ਉੱਥੇ ਆਪਣਾ ਲਾਇਸੈਂਸ ਰਿਨਿਊ ਕਰਵਾਉਣ ਦੀ ਲੋੜ ਨਹੀਂ ਹੈ ਬਲਕਿ ਮੇਰੇ ਖਿਆਲ ਉਹਨੇ ਇਹ ਕਿਹਾ ਤਾ ਕਿ ਉਹਨੂੰ ਲਾਇਸੈਂਸ ਆਨਲਾਈਨ ਹੀ ਸਿਰਫ ਔਰ ਸਿਰਫ ਰਿਨਿਊ ਹੋਇਆ ਕਰੇਗਾ ਤੋ ਇਹਦੇ ਲਈ ਈ ਫਾਰਮ ਤੁਸੀਂ ਕਲਿੱਕ ਕਰੋਗੇ brampton.ca ਵੈਬਸਾਈਟ ਤੇ ਤੇ ਖੁੱਲ ਜਾਏਗਾ ਉੱਥੇ ਤੁਸੀਂ ਇੱਕ ਕੁਝ ਮਿੰਟਾਂ ਦੇ ਵਿੱਚ ਹੀ ਆਪਣੀ ਆਨਲਾਈਨ ਫੀਸ ਪੇ ਕਰਕੇ ਆਪਣਾ ਲਾਇਸੈਂਸ ਰਿਨਿਊ ਕਰਵਾ ਸਕਦੇ ਹੋ ਔਰ ਜਾਣ ਤੋਂ ਪਹਿਲਾਂ ਕੁਇਕਲੀ ਗੱਲ ਜਿਹੜੀ ਹੈ ਅਸੀਂ ਕੱਲ੍ਹ ਡੈਨਿਸ ਕੇਨਨ ਨਾਲ ਕਾਫੀ ਗੱਲ ਵੈਸੇ ਕਰ ਲਈ ਸੀ ਮੈਂ ਚਾਹਾਂਗਾ ਕਿ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ 'ਚ ਬਿਹਤਰ ਸਮਝ ਸਕਦੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਜਾਵੇ ਕਿ ਜਿਹੜੇ ਲੋਕ ਘਰਾਂ ਨੂੰ ਰੈਂਟ 'ਤੇ ਦਿੰਦੇ ਆ ਔਰ ਬਹੁਤ ਸਾਰੇ ਜ਼ਿਆਦਾ ਲੋਕਾਂ ਨੂੰ ਘਰਾਂ ਦੇ ਵਿੱਚ ਰੈਂਟ 'ਤੇ ਰੱਖਦੇ ਆ ਐਜ਼ ਕਿਰਾਏਦਾਰ ਦੇ ਤੌਰ ਦੇ ਉੱਤੇ ਟੈਨੈਂਟ ਦੇ ਤੌਰ ਦੇ ਉੱਤੇ ਇਹ ਜਿੱਥੇ ਬਹੁਤ ਵੱਡਾ ਫਾਇਰ ਹੈਜ਼ਰਡ ਕਈ ਤਰ੍ਹਾਂ ਦੇ ਹੋਰ ਡੇਂਜਰ ਨੇ ਇਹਦੇ ਵਿੱਚ ਉੱਥੇ ਇਹ ਇਲੀਗਲ ਵੀ ਹੈ ਤੋ ਰੋਕਣ ਦੇ ਲਈ ਇਸ ਨੂੰ ਮੋਨੀਟਰ ਕਰਨ ਲਈ ਔਰ ਇਸ ਨੂੰ ਰੈਗੂਲੇਟ ਕਰਨ ਦੇ ਲਈ ਸਿਟੀ ਆਫ ਮਿਸ ਜਿਹੜੀ ਸਾਡੀ ਬ੍ਰੈਂਪਟਨ ਹੈ ਉਹਨਾਂ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਔਰ ਉਹਦੀ ਥੋੜ੍ਹੀ ਜਾਣਕਾਰੀ ਦੇਣਗੇ ਗੁਰਪ੍ਰਤਾਪ ਗੁਰਪ੍ਰਤਾਪ ਉਹਦੀ ਥੋੜ੍ਹਾ ਜਿਹਾ ਇਨਫੋਰਮੇਸ਼ਨ ਤੁਸੀਂ ਵੀ ਦੇ ਦਿਓ ਹਾਂਜੀ ਜ਼ਰੂਰ ਜਿੱਦਾਂ ਤੁਸੀਂ ਦੱਸਿਆ ਜੀ ਇਸ ਪਾਇਲਟ ਪ੍ਰੋਗਰਾਮ ਨੂੰ ਕੈਂਸਲਰ ਕੀਨਨ ਨੇ ਤੇ ਸੈਂਟੋਸ ਨੇ ਅੱਗੇ ਲੈ ਕੇ ਆਉਂਦਾ ਤੇ ਇਸ ਸ਼ਹਿਰ ਦੇ ਕੁਛ ਹਿੱਸਿਆਂ ਦੇ ਵਿੱਚ ਇਹਨੂੰ ਇੰਪਲੀਮੈਂਟ ਕੀਤਾ ਜਾਣਾ ਕਿ ਜਿਹੜੇ ਲੈਂਡਲੋਰਡ ਹੈਗੇ ਆ ਕਿ ਜਦੋਂ ਆਪਣਾ ਘਰ ਹੈਗਾ ਆ ਕੋਈ ਵੀ ਚੀਜ਼ ਰੈਂਟ ਦੇ ਉੱਤੇ ਕਰਦੇ ਆ ਉਹਨਾਂ ਨੂੰ ਸਿਟੀ ਦੇ ਨਾਲ ਰਜਿਸਟਰ ਕਰਨਾ ਪੈਣਾ ਤਾਂ ਕਿ ਜਿੱਦਾਂ ਜਿਹੜੇ ਪ੍ਰੋਪਰਟੀ ਸਟੈਂਡਰਡ ਰੈਗੂਲੇਸ਼ਨ ਆ ਜਿਹੜੀਆਂ ਵੀ ਲੈਂਡਲੋਰਡ ਦੀ ਜ਼ਿੰਮੇਵਾਰੀਆਂ ਹੈਗੀਆਂ ਆ ਉਹ ਨਿਭਾ ਸਕਣ ਤੇ ਸਿਟੀ ਉਹ ਸਾਰੀਆਂ ਚੀਜ਼ਾਂ ਨੂੰ ਇਨਫੋਰਸ ਕਰ ਸਕਣ ਕਿਉਂਕਿ ਕਾਫੀ ਵਾਰ ਸਾਨੂੰ ਇਹ ਕੰਪਲੇਂਟਸ ਮਿਲਦੀਆਂ ਹੈਗੀਆਂ ਕਿ ਕੋਈ ਘਰ ਖਰੀਦਦਾ ਹੈਗਾ ਆਪਣੀ ਪ੍ਰੋਪਰਟੀ ਖਰੀਦਦਾ ਹੈਗਾ ਤੇ ਉਹਨੂੰ ਆਪਾਂ ਰੈਂਟ ਦੇ ਉੱਤੇ ਕਰ ਦਿੰਦੇ ਹਾਂ ਬਟ ਫਿਰ ਪ੍ਰੋਪਰਟੀ ਦੀ ਟੇਕ ਕੇਅਰ ਨਹੀਂ ਹੁੰਦੀ ਤੇ ਉੱਥੇ ਸੇਫਟੀ ਕੰਸਰਨਸ ਹੈਗੇ ਆ ਫਾਇਰ ਹੈਜ਼ਰਡ ਹੈਗੇ ਆ ਫਾਇਰ ਦੇ ਕੰਸਰਨਸ ਹੈਗੇ ਆ ਉਹ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਆਪਾਂ ਇਹ ਸੋਚਿਆ ਕਿ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਤਾਂ ਕਿ ਜਿੰਨੇ ਵੀ ਲੈਂਡਲੋਰਡਸ ਹੈਗੇ ਉਹ ਆਪਣੀ ਯੂਨਿਟਸ ਜਿਹੜੀਆਂ ਹੈਗੀਆਂ ਉਹ ਰਜਿਸਟਰ ਕਰ ਸਕਣ ਸਿਟੀ ਦੇ ਰੈਕਰਡ ਦੇ ਵਿੱਚ ਹੋਣ ਤੇ ਆਪਾਂ ਜਿਹੜੀ ਉਹਨਾਂ ਦੀ ਇਨਫੋਰਸਮੈਂਟ ਹੈਗੀ ਆ ਉਹ ਵੀ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਠੀਕ ਹੈ ਜੀ ਔਰ ਅਸੀਂ ਜਿੰਨੇ ਵੀ ਲੈਂਡਲੋਰਡ ਨੇ ਉਹਨਾਂ ਨੂੰ ਕੱਲ੍ਹ ਵੀ ਅਪੀਲ ਕੀਤੀ ਸੀ ਅੱਜ ਫਿਰ ਅਪੀਲ ਕਰ ਰਹੇ ਹਾਂ ਕਿ ਬਿਲਕੁਲ ਵੀ ਭੁੱਲ ਕੇ ਵੀ ਤੁਸੀਂ ਗਲਤੀ ਨਹੀਂ ਕਰਨੀ ਜਿੰਨੇ ਕਿ ਤੁਹਾਨੂੰ ਜੋ ਇਜਾਜ਼ਤ ਹੈ ਨੰਬਰ ਆਫ ਟੈਨੈਂਟ ਰੱਖਣ ਦੀ ਉਨੇ ਰੱਖੋ ਔਰ ਬਕਾਇਦਾ ਇੰਸ਼ੋਰੈਂਸ ਕੰਪਨੀ ਨੂੰ ਵੀ ਇਨਫੋਰਮ ਜ਼ਰੂਰ ਕਰੋ ਜੇ ਕੋਈ ਐਸੀ ਵਾਰਦਾਤ ਹੋ ਗਈ ਐਸਾ ਕੋਈ ਐਕਸੀਡੈਂਟ ਹੋ ਗਿਆ ਕੋਈ ਭਾਣਾ ਵਾਪਰ ਗਿਆ ਔਰ ਕੋਈ ਨੁਕਸਾਨ ਹੋ ਗਿਆ ਜਾਨੀ ਜਾਂ ਮਾਲੀ ਤੇ ਫਿਰ ਤੁਹਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ ਇਹ ਬੜਾ ਔਰ ਸੀਰੀਅਸ ਕ੍ਰਾਈਮ ਵੀ ਹੈ ਇਹ ਕ੍ਰਿਮੀਨਲ ਐਕਟੀਵਿਟੀ ਦੇ ਤੌਰ ਤੇ ਮੰਨਿਆ ਜਾਏਗਾ ਤੋ ਪਲੀਜ਼ ਲਾਲਚ ਆ ਕੇ ਕਦੀ ਵੀ ਇਹ ਕੰਮ ਨਾ ਕਰੋ ਔਰ ਜੋ ਸਿਟੀ ਦੀਆਂ ਹਦਾਇਤਾਂ ਆ ਜੋ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਹਦਾਇਤਾਂ ਆ ਜੋ ਕਾਨੂੰਨ ਹੈ ਉਸ ਨੂੰ ਜ਼ਰੂਰ ਫਾਲੋ ਕਰੋ
और अपने अपना जो भी है इनफॉर्मेशन वो बकायदा लगातार शेयर करो, विदिन कानून दे विच रह के काम करो। ये तुहानू बार बार बेनती करते हैं, 12-12, 15-15, 18-18, 20-20 बच्चे इंटरनेशनल स्टूडेंट होण, घरां च लोकां ने कईआं ने वाड़े होए है, लालच माड़ी गल है, इस तो बचो। थैंक यू गुरप्रीत, तुसीं कुछ लास्ट ऐड करना चाहते हो गुरप्रीत? लास्ट ਦੇ ਵਿੱਚ ਬਸ ਇਹੀ ਐਡ ਕਰਨਾ ਚਾਹੁੰਦੇ ਜੀ, ਕਮਿਊਨਿਟੀ ਦੇ ਸਪੋਰਟ ਦੇ ਨਾਲ, ਜਿੱਦਾਂ ਆਪਾਂ ਪਾਵਰਿਕਸ ਵਿੱਚ ਹੈਗੇ ਹਾਂ ਤੁਹਾਡੀ ਸੇਵਾ ਕਰਨ ਦੇ ਲਈ, ਇਸੇ ਤਰੀਕੇ ਦੇ ਨਾਲ ਕਮਿਊਨਿਟੀ ਨੇ ਬਹੁਤ ਵਧੀਆ ਸਾਥ ਦਿੱਤਾ ਪ੍ਰਵਾਸ ਮੀਡੀਆ ਦਾ ਪਿਛਲੇ 21 ਸਾਲਾਂ ਤੋਂ। ਕਮਿਊਨਿਟੀ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਸਾਥ ਏਦਾਂ ਹੀ ਦਿੰਦੇ ਰਹੋ ਤਾਂ ਕਿ ਆਪਾਂ ਪ੍ਰਵਾਸ ਮੀਡੀਆ ਦੀ ਤਰੱਕੀ ਆਪਾਂ ਦਾ ਦੇਖੀਏ, ਏਦਾਂ ਦੀਆਂ ਜਿਹੜੀਆਂ ਖ਼ਬਰਾਂ ਹੈਗੀਆਂ, ਏਦਾਂ ਦੇ ਜਿਹੜੇ ਇੰਪੋਰਟੈਂਟ ਵਿਸ਼ੇ ਹੈਗੇ ਆ ਉਹਨਾਂ ਨੂੰ ਇਹਨਾਂ ਦੀ ਟੀਮ ਕਵਰ ਕਰਦੀ ਰਵੇ, ਤੇ ਆਪਾਂ ਸ਼ਹਿਰ ਦੀ ਜਿਹੜੀ ਸਾਡੀ ਕਹਿ ਲਓ ਸਾਡੇ ਨਾਗਰਿਕਾਂ ਦੀ ਤੇ ਸਾਡੇ ਪੋਲੀਟੀਸ਼ੀਅਨਸ ਦੀ ਜਿਹੜੀ ਇੰਗੇਜਮੈਂਟ ਹੈਗੀ ਆ ਉਹ ਬਹੁਤ ਵਧੀਆ ਇਸੇ ਤਰੀਕੇ ਦੇ ਨਾਲ ਵੱਧਦੀ ਰਵੇ। ਤੁਹਾਨੂੰ ਸੈਣੀ ਸਾਹਿਬ ਤੇ ਤੁਹਾਡੀ ਸਾਰੀ ਟੀਮ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਤੇ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਹੋਵੇ ਜੀ। ਥੈਂਕ ਯੂ ਤੁਹਾਡਾ ਵੀ ਗੁਰਪ੍ਰਤਾਪ। ਔਰ ਮੈਨੂੰ ਚੇਤਾ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਸਿਟੀ 'ਚ ਕੰਮ ਕਰ ਰਹੇ ਸੀ, ਜੋ ਤੁਸੀਂ ਉਸ ਵੇਲੇ ਸਿੱਖਿਆ ਔਰ ਜੋ ਤੋਂ ਤੁਸੀਂ ਹੁਣ ਜੁਆਇਨ ਕੀਤਾ ਹੈ ਐਜ਼ ਅ ਰੀਜਨਲ ਕਾਉਂਸਲਰ, ਤਾਂ ਮੇਰਾ ਖਿਆਲ ਤੁਸੀਂ ਬੜੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਾਫੀ ਸਟੈਬਲਿਸ਼ ਕੀਤਾ ਹੈ, ਔਰ ਇਹ ਚੰਗੀ ਗੱਲ ਹੈ, ਔਰ ਤੁਹਾਡੀ ਅੱਗੇ ਬੜਾ ਲੰਬਾ ਕੈਰੀਅਰ ਹੈ ਤੁਹਾਡੇ ਸਾਹਮਣੇ। ਤੁਹਾਨੂੰ ਵੀ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।